ਸਾ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਨਾਲ ਕੱਲ ਜੋ ਆਪ ਜੀ ਨੇ ਸਤਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਨੂੰ ਸਰਵਣ ਕੀਤਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰੰਭ ਤਾਂ ਵਰਤੰਦਿਆ ਹੋਇਆ ਜਦੋਂ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾਣਾ ਕੀਤਾ ਰਾਸਤੇ ਦੇ ਵਿੱਚ ਕਈ ਪੜਾ ਮਾਰੇ ਦੇ ਹੋਏ ਨੇ ਕਹਿਣ ਦਾ ਭਾਵ ਕਿ ਕਈ ਥਾਵਾਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਰਾਹ ਦੇ ਵਿੱਚ ਰੁਕੇ ਨੇ ਰਾਹ ਦੇ ਵਿੱਚ ਰੁਕਣ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਰਾਤ ਹੋ ਜਾਂਦੀ ਸੀ ਤੇ ਰਾਹ ਵਿੱਚ ਚੱਲਣਾ ਔਖਾ ਏ ਦੂਜਾ ਇਹ ਸੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਦਾ ਆਪਣੇ ਪਿਆਰਿਆਂ ਦਾ ਭਲਾ ਕਰਨਾ ਜਿਨ੍ਹਾਂ ਨੂੰ ਸਾਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਨੇਹ ਹੈ ਉਹ ਬੇਨਤੀਆਂ ਕਰਕੇ ਵੀ ਮਹਾਰਾਜ ਨੂੰ ਰੋਕ ਲੈਂਦੇ ਇਈ ਵਾਰ ਬੇਨਤੀਆਂ ਕਰਕੇ ਸੱਚੇ ਪਾਤਸ਼ਾਹ ਨੂੰ ਕਹਿ ਦਿੰਦੇ ਆ ਕਿ ਸਤਿਗੁਰੂ ਥੋੜੇ ਜੇ ਸਮੇਂ ਵਾਸਤੇ ਇੱਥੇ ਰੁਕ ਜਾਣ ਤੇ ਸੇਵਾ ਦਾ ਦਰਸ਼ਨਾਂ ਦਾ ਸਾਨੂੰ ਸਮਾਂ ਮਿਲ ਜਾਵੇ ਅਸੀਂ ਗੁਰੂ ਜੀ ਦੇ ਦਰਸ਼ਨ ਵੀ ਕਰ ਲਈਏ ਤੇ ਗੁਰੂ ਸਾਹਿਬ ਦੀ ਸੇਵਾ ਵੀ ਕਰ ਲਈਏ ਇਸ ਕਰਕੇ ਕਲਗੀਆਂ ਕਲਗੀਆਂ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਰਾਹ ਦੇ ਵਿੱਚ ਕਈ ਥਾਵਾਂ ਤੇ ਰੁਕਦਿਆਂ ਹੋਇਆ ਪਿਆਰਿਓ ਕੱਲ ਮੈਂ ਬੇਨਤੀ ਕੀਤੀ ਸੀ ਕਿ ਟਕੋਲੇ ਪਿੰਡ ਤੋਂ ਮਹਾਰਾਜ ਸੱਚੇ ਪਾਤਸ਼ਾਹ ਨਾਬੇ ਪਿੰਡ ਪਹੁੰਚੇ ਉੱਥੇ ਵੀ ਗੁਰੂ ਸਾਹਿਬ ਨੇ ਰਹਿਮਤਾਂ ਵਰਤਾ ਕੇ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਉੱਥੇ ਦੇ ਸਿੱਖਾਂ ਦਾ ਪਿਆਰ ਵੇਖਿਆ ਤੇ ਮਾਰ ਨੇ ਉਪਦੇਸ਼ ਦਿੱਤਾ ਸੀ ਕਿ ਜੜ ਦੇ ਤੇ ਕਰਤ ਦੇ ਤੁਸੀਂ ਸੇਵਾ ਪੂਜਾ ਨਹੀਂ ਕਰਨੀ ਜੇਕਰ ਪੂਜਣਾ ਆ ਤੇ ਨਿਰੰਕਾਰ ਨੂੰ ਅਕਾਲ ਪੁਰਖ ਨੂੰ ਪੂਜਣਾ ਤੇ ਇੱਕ ਸਾਧੂ ਜਿਹੜਾ ਉਹਨੇ ਫਿਰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਜੜ ਦੇ ਤੇ ਕਰਤ ਦੇ ਪੂਜਾ ਨਹੀਂ ਕਰਨੀ ਨਿਰੰਕਾਰ ਦੇ ਪੂਜਾ ਕਰਨੇ ਮਹਾਰਜ ਜੇ ਦਾ ਕੋਈ ਰੂਪ ਰੇਖ ਰੰਗ ਹੀ ਨਹੀਂ ਹੈਗਾ ਉਹਨੂੰ ਕਿਵੇਂ ਪੂਜਾਂਗੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਆਪਣੇ ਮਨ ਤੋਂ ਮੋਹ ਦੇ ਤੇ ਮਾਨ ਪ੍ਰਤੀਸ਼ਟਾ ਦੇ ਜਿਹੜੇ ਮੈਲ ਆ ਇਹਨੂੰ ਹਟਾਓ ਇਹਨੂੰ ਹਟਾ ਕੇ ਤੇ ਪਾਤਸ਼ਾਹ ਕਹਿੰਦੇ ਸਿਮਰਨ ਦੇ ਵਾਲੇ ਪਾਸੇ ਜੁੜਨ ਦਾ ਯਤਨ ਕਰੋ ਜਦੋਂ ਭਜਨ ਦੇ ਵਿੱਚ ਸਿਮਰਨ ਦੇ ਵਿੱਚ ਜੁੜੋਗੇ ਤੇ ਆਪਣੇ ਮਨ ਨੂੰ ਦੋ ਢੰਗ ਦੇ ਨਾਲ ਤੁਸੀਂ ਰੋਕਣਾ ਇਕ ਤੇ ਇਹਦੇ ਨਾਲ ਹੱਠ ਵੀ ਥੋੜਾ ਜਿਹਾ ਕਰਨਾ ਪੈਣਾ ਇਹਨੂੰ ਥੋੜਾ ਜਿਹਾ ਤਾੜਨਾ ਵੀ ਪੈਣਾ ਏ ਕਿ ਮਾਰੇ ਪਾਸੇ ਜਾਂਦਾ ਇਹਨੂੰ ਰੋਕਣਾ ਏ ਤੇ ਦੂਜਾ ਮਾਰੇ ਕਹਿਣ ਲੱਗੇ ਨਾਲ-ਨਾਲ ਸਿਮਰਨ ਵੀ ਕਰਨਾ ਪਾਸਾ ਕਹਿਣ ਲੱਗੇ ਜਦੋਂ ਇਹ ਮਨ ਨੂੰ ਰੋਕੋਗੇ ਗਾਂ ਪਾਪ ਕਰਨ ਤੋਂ ਤੇ ਸਿਮਰਨ ਜਿਹੜਾ ਤੁਹਾਨੂੰ ਉਹ ਸ਼ਕਤੀ ਦੇਵੇਗਾ ਤਾਕਤ ਦੇਵੇਗਾ ਤਾਂ ਜੋ ਮਨ ਜਿਹੜਾ ਤਕੜ ਤਗੜਾ ਹੋ ਜਾਵੇ ਮਨ ਜਿਹੜਾ ਇਹ ਇਹਨੂੰ ਇਹਨੂੰ ਕੰਟਰੋਲ ਦੇ ਵਿੱਚ ਆਪਣੇ ਵਸ ਵਿੱਚ ਆ ਸਕੇ ਇਸ ਵਾਸਤੇ ਪਾਤਸ਼ਾਹ ਕਹਿੰਦੇ ਸਿਮਰਨ ਵੀ ਜ਼ਰੂਰੀ ਪਾਤਸ਼ਾਹ ਜੀ ਕਹਿਣ ਲੱਗੇ ਕਿ ਪਾਪ ਜਿਹੜੇ ਨੇ ਉਹਨਾਂ ਤੋਂ ਮਾਰੇ ਕਹਿੰਦੇ ਬਚਨ ਦਾ ਯਤਨ ਕਰਨਾ ਹੈ ਜਿਦੇ ਵਿੱਚ ਜਿਵੇਂ ਸਿਮਰਨ ਕਰੋਗੇ ਤੇ ਪਾਤਸ਼ਾਹ ਕਹਿ ਲੱਗੇ ਜਰੂਰ ਸੋਝੀ ਆਵੇਗੀ ਕਿ ਨਿਰੰਕਾਰ ਨੂੰ ਕਿਵੇਂ ਸਿਮਰਿਆ ਜਾਵੇ ਜਿਹਦਾ ਕੋਈ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਜਿਹਦੇ ਬਾਰੇ ਕੋਈ ਪਤਾ ਨਹੀਂ ਉਹਨੂੰ ਕਿਵੇਂ ਸਿਮਰਿਆ ਜਾਵੇ ਜਿਵੇਂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਵਿਆਖਿਆ ਮਾਰੇ ਕਹਿੰਦੇ ਨੇ ਕਿ ਸੁਣ ਵੱਡਾ ਆਖ ਹੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਪਾਪ ਸਾਹ ਕਹਿੰਦੇ ਪ੍ਰਮਾਤਮਾ ਕਿੰਨਾ ਕੋ ਵੱਡਾ ਏ ਇਹ ਨਹੀਂ ਕਿਸੇ ਨੇ ਵੇਖਿਆ ਇਹ ਨਹੀਂ ਕਿਸੇ ਨੇ ਵੇਖਿਆ ਕਿ ਰੱਬ ਕਿੰਨਾ ਕੋ ਵੱਡਾ ਆ ਪਰ ਪਾਪ ਸਾਹ ਜੀ ਕਹਿੰਦੇ ਇਹ ਜ਼ਰੂਰ ਆ ਕਿ ਸੁਣੋ ਵੱਡਾ ਆਖ ਹੈ ਸਭ ਕੋਏ ਜਿਹੜਾ ਵੀ ਸੁਣਦਾ ਨਾ ਪ੍ਰਮਾਤਮਾ ਵੱਡਾ ਹੈ ਪ੍ਰਮਾਤਮ ਬੇਅੰਤ ਆ ਪਰ ਕਹਿੰਦੇ ਸੁਣ ਕੇ ਹਰ ਕੋਈ ਉਹਨੂੰ ਬੇਅੰਤ ਕਹਿੰਦਾ ਹੈ ਪਰ ਅਸਲ ਦੇ ਵਿੱਚ ਕੋਈ ਇਹ ਵੇਖ ਕੇ ਦੱਸ ਨਹੀਂ ਸਕਦਾ ਕਿ ਕਿੰਨਾ ਕੋ ਵੱਡਾ ਹੈ ਕਿਉਂਕਿ ਅਸੀਂ ਜਿਹੜੇ ਆ ਸੀਮਤ ਦੇ ਵਿੱਚ ਆ ਪਰ ਪ੍ਰਮਾਤਮਾ ਅਸੀਮ ਆ ਅਸੀਂ ਗਿਣੇ ਜਾ ਸਕਦੇ ਆ ਅਸੀਂ ਮਿਣੇ ਜਾ ਸਕਦੇ ਆ ਅਸੀਂ ਨਾਪੇ ਤੋਲੇ ਜਾ ਸਕਦੇ ਆ ਪਰ ਪ੍ਰਮਾਤਮਾ ਅਤੁੱਲ ਕਿਉਂ ਤੋਲਿਆ ਜਾਏ ਭਗਤ ਸਜ ਕਿਰਪਾ ਕਰਨ ਨਾਮ ਮੰਤੀ ਵਿੱਚ ਆਉਂਦਾ ਨਾ ਨਾ ਪਿਆਰ ਤੋਲਣਾ ਦੇ ਵਿੱਚ ਆਉਂਦਾ ਹੈ ਉਹਨੂੰ ਤੋਲਿਆ ਨਹੀਂ ਜਾ ਸਕਦਾ ਜੇਕਰ ਆਖੇ ਕਿ ਉਹਦਾ ਭਾਰ ਤੋਲ ਲਿਆ ਜਾਵੇ ਇੰਨਾ ਭਾਰ ਹੈ ਕਿਉਂਕਿ ਉਹ ਬੇਅੰਤ ਹੈ ਕਿਉਂ ਆਪਾਂ ਕਹਿ ਦਿੰਦੇ ਆ ਕਿ ਜਿਹਦਾ ਕੋਈ ਅੰਤ ਨਾ ਹੋਵੇ ਤੇ ਗੁਰਬਾਣੀ ਵਿੱਚ ਦੇ ਮਹਾਰਾਜ ਕਹਿੰਦੇ ਕਿ ਜਦੋਂ ਆਪਾਂ ਉਹਨੂੰ ਬੇਅੰਤ ਕਹਿੰਨੇ ਆ ਤੇ ਇਹ ਬੇਅੰਤ ਅੱਖਰ ਵੀ ਛੋਟਾ ਆ ਉਹਦੇ ਵਾਸਤੇ ਉਹ ਅੱਖਰਾਂ ਦੇ ਵਿੱਚ ਆਉਂਦਾ ਹੀ ਨਹੀਂ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਜੇ ਆਪਾਂ ਕਹਿ ਦਾਂਗੇ ਬੇਅੰਤ ਆ ਤੇ ਬਿਆਨ ਹੋ ਜਾਏਗਾ ਮਹਾਰਾਜ ਕਹਿੰਦੇ ਬੇਅੰਤ ਤੋਂ ਵੀ ਪਰਾ ਤੋਂ ਪਰਾ ਜਿਹਨੂੰ ਜਿਹਦੇ ਬਾਰੇ ਕੁਝ ਕਿਹਾ ਨਹੀਂ ਸਜਾ ਸਕਦਾ ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਨਾ ਪ੍ਰਮਾਤਮਾ ਦੀ ਬੇਅੰਤ ਮਹਿਮਾ ਗਾਉਂਦਿਆਂ ਹੋਇਆ ਬੜੇ ਵਡਿਆਈ ਕਰਦਿਆਂ ਹੋਇਆਂ ਗੁਰੂ ਸਾਹਿਬ ਨੇ ਇਹ ਆਖਿਆ ਅਕਥ ਕੀ ਕਰੈ ਕਹਾਣੀ ਅਕਥ ਕਿਉਂ ਕਿਹਾ ਮਹਾਰਾਜ ਪਾਸ਼ਾ ਕਹਿੰਦੇ ਉਹਦੇ ਜਿੰਨੀ ਮਰਜ਼ੀ ਕਹਾਣੀ ਕਹੀ ਜਾਓ ਭਾਵ ਕਹਿਣ ਦਾ ਕਿ ਉਹਦੇ ਜਿੰਨੀ ਮਰਜ਼ੀ ਵਡਿਆਈ ਕਰੀ ਜਾਓ ਉਹਦੇ ਜਿੰਨੇ ਮਰਜ਼ੀ ਗੁਣ ਗਾਈ ਜਾਓ ਉਹ ਅਕਾਥ ਹੀ ਰਹਿਣਾ ਜਿਵੇਂ ਆਪਾਂ ਕਹਿ ਲਾਂਗੇ ਕਿ ਫਲਾਣੀ ਦੀ ਮੈਂ ਗੱਲ ਸਾਰੀ ਸੁਣਾਤੀ ਮਰ ਕਹਿੰਦੇ ਇਦਾਂ ਉਥੇ ਨਹੀਂ ਹੋ ਸਕਦਾ ਪ੍ਰਮਾਤਮਾ ਵਾਲੇ ਪਾਸੇ ਇਹ ਨਹੀਂ ਕਿਹਾ ਜਾ ਸਕਦਾ ਕਿਉਂ ਕਿਉਂਕਿ ਉਹ ਅਕਥ ਹੈ ਉਹ ਅਕਥ ਹੈ ਅਕਥ ਦਾ ਭਾਵ ਜਿਹਨੂੰ ਕਥਿਆ ਨਾ ਜਾ ਸਕੇ ਜਿਹਦੇ ਬਾਰੇ ਆਖਿਆ ਨਾ ਜਾ ਸਕੇ ਸੁਮਾਰ ਸੱਚੇ ਪਾਤਸ਼ਾਹ ਨੇ ਉਸ ਸਾਧੂ ਨੂੰ ਸਮਝਾਇਆ ਕਿ ਜੇਕਰ ਤੁਸੀਂ ਸਿਮਰਨ ਵਾਲੇ ਪਾਸੇ ਜੁੜੋਗੇ ਤੇ ਰੌਸ਼ਨੀ ਚਾਨਣ ਆਉਂਦਾ ਜਾਏਗਾ ਕਿ ਉਸ ਅਨਿਰੰਕਾਰ ਨੂੰ ਜਿਹੜਾ ਆਕਾਰ ਰਹਿਤ ਆ ਜਿਹੜਾ ਰੂਪ ਰਹਿਤ ਆ ਰੰਗ ਰਹਿਤ ਆ ਰੇਖ ਰਹਿਤ ਆ ਉਹਨੂੰ ਕਿਵੇਂ ਸਿਮਰਨ ਹੈ ਉਹਦੀ ਪੂਜਾ ਕਿਵੇਂ ਕਰਨੀ ਮਹਾਰ ਕਹਿੰਦੇ ਸੋਝੀ ਆਵੇ ਕਿ ਗਿਆਨ ਮਿਲੇਗਾ ਸੰਸਾਰ ਦੇ ਬਾਰੇ ਪਤਾ ਲੱਗੇਗਾ ਤੇ ਫਿਰ ਨਿਰੰਕਾਰ ਦੇ ਬਾਰੇ ਵੀ ਪਤਾ ਲੱਗੇਗਾ ਸੋ ਸਤਿਗੁਰੂ ਪਾਤਸ਼ਾਹ ਨੇ ਆਖਿਆ ਭਜਨ ਬੰਦਗੀ ਵਿੱਚ ਜੁੜਨਾ ਤੇ ਪਾਪਾਂ ਵੱਲੋਂ ਮਨ ਨੂੰ ਰੋਕਣਾ ਮਹਾਰ ਕਹਿੰਦੇ ਜਿਹੜੇ ਸਾਧ ਜਨ ਕਈ ਨੇ ਉਹ ਵੇ ਐਸੇ ਨੇ ਕਿ ਜਦੋਂ ਸਿਮਰਨ ਦੇ ਵਿੱਚ ਜੁੜਦੇ ਨੇ ਤੇ ਉਹ ਉਹਨਾਂ ਦੇ ਅੰਦਰ ਇੱਕ ਮੋਹ ਪੈਦਾ ਹੋ ਜਾਂਦਾ ਹੈ ਕਾਹਦਾ ਮਾਣ ਦਾ ਤੇ ਵਡਿਆਈ ਦਾ ਜਦੋਂ ਉਹਨਾਂ ਦੀ ਵਡਿਆਈ ਹੁੰਦੀ ਹੈ ਤੇ ਉਹਨਾਂ ਦੇ ਅੰਦਰ ਉਹ ਮੋਹ ਪੈਦਾ ਹੋ ਜਾਂਦਾ ਹੈ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਬੜੀਆਂ ਰਹਿਮਤਾ ਕਰਕੇ ਪਿਆਰਿਓ ਸਮਝਾਇਆ ਤੇ ਸ੍ਰੀ ਮੁਖਵਾਕ ਪਾਤਸ਼ਾਹੀ 10 ਵਿੱਚ ਵਿੱਚ ਗੁਰੂ ਸਾਹਿਬ ਨੇ ਇਹ ਸਾਰਾ ਵਾਰਤਾ ਲਾਭ ਜਿਹੜੇ ਉਹਦੇ ਨਾਲ ਬੜੀ ਲੰਬੇ ਵਾਰਤਾ ਲਾਭ ਚੱਲੇ ਆ ਪਿਆਰਿਓ ਉਸ ਸਾਧੂ ਦੇ ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ वार्तालाप ਨੂੰ ਪਿਆਰਿਓ ਆਪਣੇ ਸ਼ਬਦਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਲਿਖ ਦਿੱਤਾ ਤਾਂ ਜੋ ਆਗਾਮੀ ਸਾਨੂੰ ਇਹ ਸਿੱਖਿਆ ਜਿਹੜੀ ਆ ਮਿਲਦੀ ਰਹੇ ਅਸੀਂ ਜਦੋਂ ਦਸਮ ਬੇਸ਼ ਪਿਤਾ ਜੀ ਦੀ ਬਾਣੀ ਪੜ੍ਹੀਏ ਤੇ ਸਾਨੂੰ ਉਥੋਂ ਇਹ ਸਾਰੀ ਸਿੱਖਿਆ ਮਿਲਦੀ ਰਹੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਬੇ ਪਿੰਡ ਤੋਂ ਜਦੋਂ ਚੱਲੇ ਨੇ ਆਗਾ ਸਤਿਗੁਰੂ ਪਾਤਸ਼ਾਹ ਜੀ ਦੇਨ ਦੇਨ ਰੁਕਦੇ ਦੁਪਹਿਰੇ ਰੁਕਦੇ ਲੋਹੜੇ ਵੇਲੇ ਰੁਕਦੇ ਨੇ ਫਿਰ ਤੁਰ ਪੈਂਦੇ ਇਦਾ ਗੁਰੂ ਸਾਹਿਬ ਚੱਲਦੇ ਰੁਕਦੇ ਚੱਲਦੇ ਰੁਕਦੇ ਹੋਇਆ ਸਤਗੁਰੂ ਮਹਾਰਾਜ ਕਨੌਲੇ ਪਹੁੰਚੇ ਉਥੇ ਦੁਪਹਿਰਾ ਕੱਟਿਆ ਤੇ ਫਿਰ ਗਾਹ ਚੱਲੇ ਨੇ ਤੇ ਪਿਆਰਿਓ ਚੱਲਦੇ ਆ ਚੱਲਦੇ ਆ ਜਦੋਂ ਕਹਿੰਦੇ ਨੇ ਰੋਪੜ ਆਇਆ ਨਾ ਰੋਪੜ ਤੋਂ 2 ਢਾਈ ਕੋਹ ਦੀ ਦੂਰੀ ਜਿਹੜੀ ਆ ਇਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਕੋਟਲੇ ਪਹੁੰਚੇ ਨੇ ਤੇ ਇਥੇ ਪਠਾਨ ਰਹਿੰਦੇ ਨੇ ਉਹਨਾਂ ਨੇ ਮਾਰਾ ਸੱਚੇ ਪਾਤਸ਼ਾਹ ਨੂੰ ਰੋਕਿਆ ਗੁਰੂ ਸਾਹਿਬ ਨੇ ਜਾਣਾ ਚਾਹਿਆ ਅੱਗੇ ਪਰ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਮਾਰਾ ਸੱਚੇ ਪਾਤਸ਼ਾਹ ਸਾਨੂੰ ਸੇਵਾ ਦਾ ਮੌਕਾ ਦਿਓ ਮਾਰਾ ਸਾਡੇ ਮਨ ਦੀ ਚਾਹਨਾ ਹੈ ਭਾਵਨਾ ਹੈ ਕਿ ਅਸੀਂ ਤੁਹਾਡੀ ਸੇਵਾ ਕਰੀਏ ਗੁਰੂ ਸਾਹਿਬ ਦੇ ਅੱਗੇ ਬੜੀਆਂ ਬੇਨਤੀਆਂ ਕਰ ਕਰਕੇ ਮਾਰਾ ਨੂੰ ਟਿਕਾ ਲਿਆ ਰੋਕ ਲਿਆ ਗੁਰੂ ਸਾਹਿਬ ਸਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਸਮੇਤ ਕੁਝ ਕੁ ਸਿੱਖ ਨੇ ਮਹਾਰਾਜ ਦੇ ਨਾਲ ਇੱਥੇ ਰੁਕੇ ਨੇ ਕੋਟਲੇ ਤੇ ਕਹਿੰਦੇ ਨੇ ਪਿਆਰੋ ਇਸ ਇਸੇ ਇਸ ਨਗਰ ਦੇ ਅੰਦਰ ਵੀ ਕਹਿੰਦੇ ਨੇ ਇੱਕ ਗੁਰਦੁਆਰਾ ਹੈ ਤੇ ਇੱਕ ਬਾਹਰ ਵੀ ਇਹਨਾਂ ਨੇ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਦੀ ਬੜੀ ਸੇਵਾ ਕੀਤੀ ਬੜੀਆਂ ਪੇਟਾਵਾ ਮਾਰਨ ਨੂੰ ਭੇਟ ਕੀਤੀਆਂ ਗੁਰੂ ਜੀ ਦੇ ਬਚਨ ਸੁਣਦੇ ਰਿਹਾ ਆਪਣੀ ਜੋ ਮਨ ਦੀ ਬਿਰਥਾ ਸੀ ਉਹ ਗੁਰੂ ਸਾਹਿਬ ਨੂੰ ਦੱਸਦੇ ਜੋ ਆਪਣੇ ਮਨ ਦੇ ਵਿੱਚ ਸਵਾਲ ਆਉਂਦੇ ਨੇ ਜੋ ਆਪਣੇ ਮਨ ਦੇ ਆਸ ਆ ਉਹ ਸਾਰੀਆਂ ਬੇਨਤੀਆਂ ਜਿਹੜੀਆਂ ਗੁਰੂ ਸਾਹਿਬ ਦੇ ਅੱਗੇ ਰੱਖੀਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਉਂ-ਜਿਉਂ ਬਚਨ ਕੀਤੇ ਨੇ ਪਿਆਰਿਓ ਇਹਨਾਂ ਦੀਆਂ ਭਾਵਨਾਵਾਂ ਸੰਪੂਰਨ ਕੀਤੀਆਂ ਤੇ ਬੜਾ ਚਾਹ ਚੜਿਆ ਕਿ ਗੁਰੂ ਸਾਹਿਬ ਨੇ ਸਾਡੇ ਤੇ ਰਹਿਮਤ ਕਰ ਦਿੱਤੀ ਕਿਉਂਕਿ ਮਨ ਤੇ ਜਦੋਂ ਪਿਆਰਿਓ ਬੋਝ ਹੁੰਦਾ ਹੈ ਤੇ ਉਹ ਬੋਝ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜਦੋਂ ਜੁੜ ਜੀਏ ਤੇ ਰਹਿਣਾ ਨਹੀਂ ਚਾਹੀਦਾ ਕਿਉਂ ਕਿਉਂਕਿ ਜਦੋਂ ਆਪਾਂ ਚਿੰਤਾ ਕਰਦੇ ਆ ਤੇ ਸਾਨੂੰ ਸਾਡਾ ਸਤਿਗੁਰੂ ਕਹਿੰਦਾ ਨਾਨਕ ਚਿੰਤਾ ਮਤ ਕਰੋ ਮਾਰਾ ਸਾਨੂੰ ਕਹਿੰਦੇ ਨੇ ਚਿੰਤਾ ਨਾ ਕਰ ਚਿੰਤਾ ਤਿਸ ਹੀ ਹੈ ਚਿੰਤਾ ਤੇ ਉਸੇ ਅਕਾਲ ਪੁਰਖ ਪਰਮਾਤਮਾ ਨੂੰ ਹੈ ਜਲਮੈ ਜੰਤ ਉਪਾਇਨ ਤਿਨਾ ਭੇ ਰੋਜੀ ਦੇ ਪਾ ਸਾ ਕਹਿੰਦੇ ਉਹਨੇ ਤੇ ਜੀਵਾਂ ਨੂੰ ਪਾਣੀ ਦੇ ਵਿੱਚ ਵੀ ਪੈਦਾ ਕੀਤਾ ਉਥੇ ਵੀ ਉਹਨਾਂ ਨੂੰ ਰੋਜੀ ਦਿੰਦਾ ਹੁਣ ਉਸ ਪਾਣੀ ਦੇ ਵਿੱਚ ਕੋਈ ਹਟੀਆਂ ਨਹੀਂ ਦੁਕਾਨਾਂ ਨਹੀਂ ਲੱਗੀਆਂ ਹੋਈਆਂ। ਨਾ ਉਥੇ ਕੋਈ ਕਿਰਤ ਕਰਨ ਵਾਸਤੇ। ਕਹਿੰਦੇ ਫਿਰ ਵੀ ਉਹਨੇ ਪ੍ਰਮਾਤਮਾ ਨੇ ਉਹਨਾਂ ਨੂੰ ਉਥੇ ਰਿਜਕ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਉਹ ਕਹਿੰਦੇ ਕਿ ਜਬ ਦਾੰਤ ਦਾੰਤ ਨਹੀਂ ਤਬ ਖੀਰ ਦੇਇ। ਜਦੋਂ ਤੇਰੇ ਦੰਦ ਨਹੀਂ ਸੀ ਨਾ ਐ ਇਨਸਾਨ ਜਦੋਂ ਦੰਦ ਨਹੀਂ ਸੀ ਹੈਗੇ ਤੂੰ ਕੁਝ ਖਾ ਨਹੀਂ ਸਕਦਾ ਚਬ ਕੇ। ਉਦੋਂ ਤੈਨੂੰ ਪ੍ਰਮਾਤਮਾ ਨੇ ਅਮਰ ਸਮਾਨ ਖੀਰ ਭਾਵ ਦੁੱਧ ਦਿੱਤਾ। ਜਬ ਦਾਤ ਨਹੀਂ ਤਬ ਖੀਰ ਦੇਇ। ਅਬ ਦਾਤ ਦੀਏ ਕਿ ਅੰਨ ਨਾ ਦੇਹ ਕਹਿੰਦੇ ਹੁਣ ਤੈਨੂੰ ਦੰਦ ਦਿੱਤੇ ਨੇ ਤੇ ਕੀ ਗੱਲ ਹੈ ਪ੍ਰਮਾਤਮਾ ਅੰਨ ਨਹੀਂ ਦੇਵੇਗਾ ਪ੍ਰਮਾਤਮਾ ਤੈਨੂੰ ਛਕਣ ਵਾਸਤੇ ਪ੍ਰਸ਼ਾਦਾ ਭੋਜਨ ਨਹੀਂ ਦੇਵੇਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ 1084 ਜਨ ਸ੍ਰੀ ਸਭ ਸਹ ਦੇ ਆਧਾਰ ਮਰ ਕਹਿੰਦੇ ਕਿਉਂ ਕਹਿੰਦਾ ਮੈਂ ਭੁੱਖਾ ਰਹਿ ਗਿਆ ਮੈਂ ਭੁੱਖ ਦੇ ਨਾਲ ਮਰ ਜਾਗਾ ਮਹਾਰਾ ਕਹਿੰਦੇ ਇਸੇ ਚਿੰਤਾ ਵਿੱਚ ਆਪਣਾ ਜੀਵਨ ਖਰਾਬ ਕਰਦਾ ਪਿਆ ਆਪਣੇ ਆਪ ਨੂੰ ਤੰਗੇ ਦੇ ਰਿਆਂ ਝੋਰੀਆਂ ਦੇ ਵਿੱਚ ਫਸਦਾ ਜਾਂਦਾ ਮਤ ਤੂੰ ਮਹਾਰਾ ਕਹਿੰਦੇ ਇਹ ਭੁਖਾ ਭੁਖਿਆ ਕਰ ਕਹਿੰਦੇ ਨੇ ਜਿਨੇ 1084 ਨੂੰ ਸਿਰਿਆ 1084 ਜਿਨੇ ਸ੍ਰੀ ਸਭ ਸ ਦੇ ਆਧਾਰ ਉਹ ਸਾਰਿਆਂ ਨੂੰ ਜੀਵਨ ਦਾ ਆਧਾਰ ਵੀ ਦਿੰਦਾ ਜੀਵਨ ਦਾ ਬਸਰ ਕਰਨਾ ਵੀ ਬਸੇਰਾ ਕਰਨਾ ਵੀ ਦਿੰਦਾ ਗੁਰੂ ਅਮਰਦਾਸ ਮਹਾਰਾਜ ਤੇ ਇਥੋਂ ਤੱਕ ਕਹਿੰਦੇ ਨੇ ਕਹਿੰਦੇ ਨੇ ਸਾਡੇ ਜੀਵਨ ਦਾ ਤੇ ਆਧਾਰ ਹੈ ਗਏ ਸੱਚਾ ਨਾਮ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿੰਨ ਭੁੱਖਾ ਸਭ ਗਵਾਈਆਂ ਮਾਰ ਕਹਿੰਦੇ ਨੇ ਐਸਾ ਨਾਮ ਜਿਹੜਾ ਪ੍ਰਮਾਤਮਾ ਦਾ ਉਹ ਸਾਡਾ ਆਧਾਰ ਹੈ ਜੀਵਨ ਦਾ ਜੀਵਨ ਦਾ ਆਧਾਰ ਹੈ ਤੇ ਮਾਰ ਕਹਿੰਦੇ ਜਿੰਨੀਆਂ ਵੀ ਭੁੱਖਾ ਨੇ ਸਾਰੀਆਂ ਹੀ ਮਿਟ ਜਾਂਦੀਆਂ ਸੱਚੇ ਨਾਮ ਦੇ ਨਾਲ ਜੁੜ ਕੇ ਹੋਰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਪਾਸ਼ਾ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਦੋਂ ਸੱਚੇ ਨਾਮ ਦਾ ਭੋਜਨ ਛਕਿਆ ਨਾਮ ਰੂਪੇ ਭੋਜਨ ਦੇ ਅੰਦਰ ਜਦੋਂ ਅਸਾਂ ਮਾਰ ਕਹਿੰਦੇ ਜੋ ਸੁਰਤ ਨੂੰ ਜੋੜਿਆ ਇਸ ਭੋਜਨ ਨੂੰ ਛਕਿਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਮਨ ਦੇ ਨਾਲ ਤਨ ਦੇ ਨਾਲ ਇਸ ਰਸਨਾ ਦੇ ਨਾਲ ਪ੍ਰਭੂ ਦਾ ਨਾਮ ਸਿਮਰਿਆ ਤੇ ਮਾਰ ਕਹਿੰਦੇ ਤ੍ਰਿਪਤੀ ਆ ਗਈ ਇਥੇ ਗੁਰੂ ਸਾਹਿਬ ਨੇ ਕਈ ਤਰ੍ਹਾਂ ਦੇ ਉਪਦੇਸ਼ ਦਿੰਦਿਆਂ ਹੋਇਆਂ ਪਿਆਰਿਓ ਇਥੇ ਸਤਗੁਰੂ ਪਾਤਸ਼ਾਹ ਨੇ ਬੜੀਆਂ ਰਹਿਮਤਾ ਵਰਤਾਈਆਂ ਕੋਟਲੇ ਇਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋ ਸਮਾਂ ਰੁਕ ਕੇ ਇਹਨਾਂ ਨੂੰ ਸੇਵਾ ਦਾ ਸਮਾਂ ਮਿਲਿਆ ਬੜੇ ਚਾਵਾਂ ਦੇ ਨਾਲ ਇਹਨਾਂ ਸੇਵਾ ਕੀਤੀ ਫਿਰ ਗੁਰੂ ਸਾਹਿਬ ਨੇ ਗਾਂ ਕੂਚ ਕੀਤਾ ਸੁਚੱਲਦਿਆਂ ਚੱਲਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਹੈ ਉੱਥੇ ਪਹੁੰਚੇ ਇੱਥੇ ਆਣ ਕੇ ਪਹਿਲਾਂ ਤੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਸੱਚੇ ਪਾਤਸ਼ਾਹ ਸਤਗੁਰਾਂ ਦੇ ਦਾਦਾ ਜੀ ਤੇ ਇਹਨਾਂ ਦੇ ਪਾਵਨ ਸਥਾਨ ਦੇ ਉਹਨਾਂ ਨੇ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਸ਼ਨ ਕਰਕੇ ਉੱਥੇ ਪ੍ਰਸ਼ਾਦ ਕਰਾਇਆ ਨਮਸਕਾਰ ਕੀਤੀ ਉਸ ਸਥਾਨ ਨੂੰ ਅੱਜ ਲੋਕ ਇਹ ਕਹਿ ਦਿੰਦੇ ਨੇ ਕਿ ਗੁਰੂ ਧਾਮ ਨੂੰ ਜਾਂ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਵੇਖੋ ਸਾਡਾ ਸਤਗੁਰੂ ਆ ਬਿਜਾਰੇ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜਿਹਦੇ ਪਾਵਨ ਸਥਾਨ ਤੇ ਜਾ ਕੇ ਦੇਖ ਵੀ ਕਰਵਾਂਦੇ ਆ ਨਮਸਕਾਰ ਕਰਦੇ ਆ ਗੁਰੂ ਪਿਤਾ ਦੇ ਗੁਰੂ ਦਾਦਾ ਜੀ ਦੇ ਪਾਵਨ ਸਤਾਰ ਨੂੰ ਸਤਿਗੁਰੂ ਮਾਰਾ ਨੇ ਦੇਖ ਕਰਵਾਈ ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਮ ਪਿਆਰ ਇੱਥੇ ਬਾਬਾ ਸੂਰਜਮਲ ਦੇ ਦੇ ਤਿੰਨਾਂ ਦੇ ਪੁੱਤਰ ਸਪੁੱਤਰ ਜਿਹੜੇ ਆ ਉਹ ਉੱਥੇ ਰਹਿੰਦੇ ਸਨ ਨਿਵਾਸ ਕਰਦੇ ਸੀ ਗੁਲਾਬ ਰਾਏ ਤੇ ਸ਼ਾਮ ਸਿੰਘ ਇਹਨਾਂ ਨੇ ਵੀ ਮਾਰਾ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੁੜਨਾ ਕੀਤਾ ਸਤਿਗੁਰੂ ਸਾਰੇ ਪਰਿਵਾਰ ਨੂੰ ਇੱਥੇ ਮਿਲੇ ਨੇ ਇਥੇ ਸੰਗਤ ਵੀ ਵਸਦੀ ਆ ਉਹਨਾਂ ਨੂੰ ਮਿਲਣਾ ਕੀਤਾ ਸੁਖਸਾਨਦ ਪੁੱਛੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਜੀਵਨ ਦਿਨ ਕਿਵੇਂ ਲੰਘਦੇ ਆ ਕਿਵੇਂ ਦਾ ਸਮਾਂ ਲੰਘਦਾ ਪਿਆ ਇਹ ਸਾਰੀਆਂ ਵਿਚਾਰਾਂ ਕੀਤੀਆਂ ਸੂਰਜਮਾਲ ਜੀ ਦੇ ਸੁਪੁੱਤਰਾਂ ਨੂੰ ਮਾਰ ਨੇ ਪਾਤਸ਼ਾਹ ਨੇ ਉਹਨਾਂ ਦੇ ਨਾਲ ਬੈਠ ਕੇ ਕਈ ਵਿਚਾਰਾਂ ਕੀਤੀਆਂ ਤੇ ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਸਤਗੁਰੂ ਤੁਸੀਂ ਹੁਣ ਇੱਥੇ ਰਹੋ ਕੀਰਤਪੁਰ ਸਾਹਿਬ ਪਰ ਮਾਰਾ ਕਹਿਣ ਲੱਗੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਜੋ ਆਨੰਦਪੁਰ ਨਗਰੀ ਵਸਾਈ ਮਾਰੇ ਕਹਿੰਦੇ ਸਾਡਾ ਮਨ ਕਰਦਾ ਕਿ ਅਸੀਂ ਉੱਥੇ ਜਾਈਏ ਉਹ ਆਪਣੀ ਜ਼ਮੀਨ ਆ ਖੁਦ ਦੀ ਸਾਡੀ ਤੇ ਕਿਉਂ ਨਾ ਮੈਂ ਉੱਥੇ ਚਲੇ ਜਾਣਾ ਮਾਰੇ ਕਹ ਲਿਏ ਅਸੀਂ ਉੱਥੇ ਚਲੇ ਜਾਨੇ ਤੇ ਤੁਸੀਂ ਵੀ ਉੱਥੇ ਆ ਜਾਇਆ ਕਰੋ ਸਾਡੇ ਕੋਲ ਬੜਾ ਚਾਹ ਬੜਾ ਪਿਆਰ ਕਰਦੇ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਨੇ ਕਈ ਵਿਚਾਰਾ ਕੀਤੀਆਂ ਪਿਆਰੋ ਇੱਥੇ ਫਿਰ ਸ਼ਾਮ ਲੱਗ ਗਈ ਏ ਕਿਰਪਾ ਸਰਬ ਰਾਤ ਵੀ ਕੱਟੇ ਏ ਜੋ ਨੀਮ ਸੀ ਉਹ ਨੇਭਾਇਆ ਅਮਰਤ ਵੇਲੇ ਦਾ ਵੀ ਫਿਰ ਦਮਾਮਾ ਜਿਹੜਾ ਵਜਿਆ ਨਗਾਰਾ ਵਜਾਇਆ ਗਿਆ ਕਿ ਹੁਣ ਗਾਂ ਚਾਲੇ ਪੈਣਗੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਅਗਾਹ ਆਨੰਦਪੁਰ ਸਾਹਿਬ ਨੂੰ ਚੱਲੇ ਨੇ ਤੇ ਪਿਆਰਿਓ ਆਨੰਦਪੁਰ ਜਦੋਂ ਮਹਾਰਾਜ ਆਏ ਨੇ ਤੇ ਇੱਕ ਪੰਗਤੀ ਪੜ੍ਹੀ ਜਾਂਦੀ ਹੈ ਕਿ ਮਹਾਰਾਜ ਨੇ ਆਣ ਕੇ ਨਗਰ ਵਸਾਇਆ ਪਰ ਅਸਲ ਵਿੱਚ ਇਹ ਨਗਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ ਦਿੱਤਾ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਜਾਣ ਤੋਂ ਪਹਿਲਾਂ ਆਨੰਦਪੁਰ ਟਿੱਕੇ ਹੋਏ ਸਨ ਇੱਥੇ ਮਾਰੇ ਬਖਸ਼ਾ ਕਰਦੇ ਸੀ ਬੜੀਆਂ ਰੌਣਕਾਂ ਸੀ ਪਰ ਹਾਂ ਜਦੋਂ ਗੁਰੂ ਸਾਹਿਬ ਇੱਥੋਂ ਗਏ ਨੇ ਨਾ ਤੇ ਉਦੋਂ ਥੋੜੀ ਜੀ ਰੌਣਕ ਘਟੀ ਐ ਜ਼ਿਆਦਾ ਨਹੀਂ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਨੇ ਇੱਥੇ ਵਪਾਰ ਵੀ ਖਲਾ ਦਿੱਤੇ ਸਨ ਤੇ ਇੱਥੇ ਪਿਆਰੋ ਕਈ ਤਰ੍ਹਾਂ ਦੇ ਵਪਾਰ ਦੇ ਸਮਾਨ ਜਿਹੜੇ ਨੇ ਕੱਪੜਾ ਵਗੈਰਾ ਉਹ ਸਾਰੇ ਇੱਥੋਂ ਸਮਾਨ ਮਿਲਦੇ ਸੀ ਤੇ ਲੋਕ ਇਥੇ ਨਾਨਕਪੁਰ ਸਾਹਿਬ ਤਕਰੀਬਨ ਆਉਂਦੇ ਰਹਿੰਦੇ ਸਨ ਤੇ ਸੰਗਤਾਂ ਜਿਹੜੀਆਂ ਨੇ ਇਥੇ ਉਹਨਾਂ ਦੇ ਘਰ ਵੀ ਬਣੇ ਹੋਏ ਸਨ ਬੜਿਆਂ ਸਿੱਖਾਂ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਸਿੰਘਾਂ ਨੂੰ ਕੁਝ ਸੰਗਤਾਂ ਨੂੰ ਇਥੋਂ ਨਾਨਕਪੁਰ ਸਾਹਿਬ ਦੀ ਸੇਵਾ ਵੀ ਦਿੱਤੀ ਹੋਈ ਸੀ ਕਿ ਸਾਡੇ ਤੋਂ ਮਗਰੋਂ ਇਸ ਪਵਨ ਸਥਾਨ ਦੀ ਨਗਰ ਦੀ ਸੇਵਾ ਕਰਨੀ ਸਤਿਗੁਰੂ ਜੀ ਜਦੋਂ ਪਿਆਰਿਓ ਆਪਸ ਆਏ ਨੇ ਤੇ ਇਥੇ ਕਿਹੋ ਜਿਹਾ ਮਾਹੌਲ ਆ ਰੌਣਕਾਂ ਨੇ ਉਹ ਆਪਾਂ ਕੱਲ ਨੂੰ ਵਿਚਾਰਾਂਗੇ ਕਿ ਮਹਾਰਾ ਸੱਚੇ ਪਾਤਸ਼ਾਹ ਜਦੋਂ ਆਏ ਤੇ ਇਸ ਨਗਰ ਦੇ ਵਿੱਚ ਪਹਿਲਾਂ ਦੇ ਤਰ੍ਹਾਂ ਫੇਰ ਤੋਂ ਰੌਣਕਾਂ ਲੱਗ ਗਈਆਂ ਇਸ ਨਗਰ ਦੇ ਅੰਦਰ ਆਨੰਦਪੁਰ ਦੇ ਵਿੱਚ ਆਨੰਦ ਵਰਸਨਾ ਸ਼ੁਰੂ ਹੋ ਗਿਆ ਸੋ ਸਤਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਜੇ ਬਖਸ਼ਿਸ਼ ਕੀਤੀ ਤੇ ਆਪਾਂ ਕੱਲ ਨੂੰ ਇਤਿਹਾਸ ਦੇ ਵਿਚਾਰ ਕਰਨੇ ਕਿ ਮਹਾਰਾ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਉਥੇ ਨਾਮ ਵੰਡਦੇ ਗਿਆਨ ਦਿੰਦੇ ਨੇ ਕਿ ਜੀਵਨ ਜਿਹੜਾ ਕਿਵੇਂ ਖੁਸ਼ਹਾਲ ਹੋਵੇ ਸੋ ਸਤਗੁਰੂ ਜੀ ਕਿਰਪਾ ਕਰਨ ਭੁੱਲਾ ਚੁਕਾ ਦਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਦੇਹਵਾ ਮੇਰੇ ਇੱਕ ਦਾਤਿਆ ਇਹਰੇ ਕਿਹੜੇ ਕਿਹੜੇ ਗੁਨਾ ਨੂੰ ਮੈਂ ਗਾਵਾਂ ਜਿਬਾ ਮੇਰੀ ਇੱਕੋ ਦਾਤ ਆ ਜੀ ਤੇਰੇ ਕਿਹੇ ਕਿਹੇ ਗੁਨਾ ਨੂੰ ਮੈਂ ਗਾਵਾਂ ਜਿਬਾ ਮੇਰੀ ਇੱਕੋ ਦਾਤ ਤੇਰੇ ਕਿਹੜੇ ਕਿਹੜੇ ਗੁਨਾ ਨੂੰ ਮੈਂ ਗਾਵਾਂ ਜਿਬਾ ਮੇਰੀ ਇੱਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ